ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਅਤੇ ਮੇਰੇ ਨਾਲ ਨੇ ਪ੍ਰਭ ਗਰੇਵਾਲ ਜੀ ਮੈਮ। ਸਭ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਅੱਜ ਔਰ ਬਹੁਤ ਚਾਰਮਿੰਗ ਪਰਸਨੈਲਿਟੀ ਅੱਜ ਸਾਨੂੰ ਦੇਖਣ ਨੂੰ ਮਿਲੀ ਹੈ ਪ੍ਰਭ ਗਰੇਵਾਲ ਜੀ। ਅਤੇ ਹੁਣ ਕਾਕੇ ਦਾ ਵਿਆਹ ਮੂਵੀ ਦੇ ਵਿੱਚ ਆ ਰਹੇ ਹਾਂ ਅਤੇ ਅੱਜ ਉਸ ਬਾਰੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਸਾਰਿਆਂ ਦਾ। ਅਤੇ ਹੁਣ ਕਾਕੇ ਦਾ ਵਿਆਹ ਮੂਵੀ ਆ ਰਹੀ ਹੈ, ਹੋਮਵਰਕ ਤੁਸੀਂ ਕਰ ਲਿਆ ਸਾਰਾ? ਠੀਕ ਹੈ, ਐਗਜ਼ਾਮ ਤੁਹਾਡਾ ਹੈਗਾ ਹੁਣ, ਰਿਲੀਜ਼ ਹੋਣ ਵਾਲਾ ਫਸਟ ਫੈਬ ਨੂੰ, ਤੇ ਕਿੱਦਾਂ ਲੱਗ ਰਿਹਾ ਸਭ ਤੋਂ ਪਹਿਲਾਂ? ਮੈਂ ਬਹੁਤ ਐਕਸਾਈਟਿਡ ਤਾਂ ਹੈਗੀ ਹਾਂ ਬਟ ਨਰਵਸ ਪਲਸ ਨਰਵਸ ਦੋਨੋਂ ਮਿਕਸ ਹੈ ਜੀ। ਮੈਮ ਸਭ ਤੋਂ ਪਹਿਲਾਂ ਤਾਂ ਐਕਸਪੀਰੀਅੰਸ ਦਾ ਪੁੱਛਦੇ ਹਾਂ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਓਵਰਆਲ ਮੂਵੀ ਦੀ ਜਦੋਂ ਅਨਾਊਂਸਮੈਂਟ ਹੋਈ, ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵੀ ਤੁਸੀਂ ਉਹਦੇ 'ਤੇ ਕੰਮ ਕਰ ਰਹੇ ਹੋ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਓਵਰਆਲ ਕੰਮ ਕੀਤਾ, ਤਿੰਨੋਂ ਚੀਜ਼ਾਂ ਸਾਨੂੰ ਬਰੀਫਲੀ ਦੱਸ ਦਿਓ। ਐਕਚੁਅਲੀ ਮੈਂ ਨਿਰਮਲ ਰਿਸ਼ ਮੈਮ ਕੋਲ ਥੀਏਟਰ ਕੀਤਾ 3 ਸਾਲ, ਅਤੇ ਉਹਨਾਂ ਨੇ ਮੈਨੂੰ ਇਹ ਮੂਵੀ ਮੈਨੂੰ ਰੈਫਰ ਕੀਤੀ ਹੈ, ਅਤੇ ਬਟ ਬਹੁਤ ਵਧੀਆ ਲੱਗਿਆ ਜਦੋਂ ਮੈਡਮ ਨੇ ਮੈਨੂੰ ਦੱਸਿਆ ਕਿ ਪ੍ਰਭ ਤੁਸੀਂ ਇਸ ਵਿੱਚ ਮੇਨ ਲੀਡ ਕਰ ਰਹੇ ਹੋ। ਅਤੇ ਥੋੜ੍ਹਾ ਤਾਂ ਡਰ ਲੱਗ ਰਿਹਾ ਸੀਗਾ ਕਿ ਫਸਟ ਟਾਈਮ ਕੰਮ ਕਰਨਾ, ਪਤਾ ਨਹੀਂ ਕਿੱਦਾਂ ਰਿਸਪੋਂਸ ਆਏਗਾ, ਬਟ ਓਵਰਆਲ ਗੁੱਡ ਹੈ, ਬਾਕੀ ਆਡੀਅੰਸ 'ਤੇ ਡਿਪੈਂਡ ਹੈ। ਅੱਛਾ, ਨਿਰਮਲ ਮੈਮ ਦੇ ਨਾਲ ਕੰਮ ਕਰਕੇ ਪਹਿਲਾਂ ਉਹਨਾਂ ਤੋਂ ਸਿੱਖਿਆ ਔਰ ਫਿਰ ਉਹਨਾਂ ਨਾਲ ਹੀ ਕੰਮ ਕਰਕੇ, ਉਹ ਫੀਲਿੰਗ ਕਿੱਦਾਂ ਰਹੀ ਸੀ? ਉਹ ਫੀਲਿੰਗ ਇੱਦਾਂ ਸੀਗੀ ਕਿ ਹਾਂ ਕਿ ਕੁਛ ਕਰਕੇ ਦਿਖਾਉਣਾ ਕਿ ਮੈਡਮ ਨੇ ਸਿਖਾਇਆ, ਅਤੇ ਅਗਰ ਇਹ ਨਾ ਹੋਵੇ ਕਿ ਮੈਡਮ ਬਾਅਦ ਵਿੱਚ ਕੁਛ ਬਿਲਕੁਲ ਬਿਲਕੁਲ ਜਿਹਨੂੰ ਕਹਿੰਦਾ ਨਾ ਬਹੁਤ ਜ਼ਿਆਦਾ ਮਤਲਬ ਸ਼ੋਲਡਰਸ 'ਤੇ ਬਰਡਨ ਹੋਰ ਵੱਧ ਜਾਂਦਾ, ਬਹੁਤ ਜ਼ਿਆਦਾ ਵੱਧ ਜਾਂਦਾ ਬਿਲਕੁਲ। ਅਤੇ ਇੱਕ ਹੁਣ ਹੋਰ ਕੁਸ਼ਚਨ ਆਪਾਂ ਪੁੱਛਾਂਗੇ ਕਿ ਨਿਰਮਲ ਰਿਸ਼ੀ ਮੈਮ ਦੇ ਨਾਲ ਤੁਸੀਂ ਸੀਗੇ, ਹੈ ਨਾ, ਅਤੇ ਉਹਨਾਂ ਦੇ ਨਾਲ ਮਤਲਬ ਉਹਨਾਂ ਦੀ ਬੌਂਡਿੰਗ ਬਣਾਉਣਾ, ਉੱਦਾਂ ਦਾ ਹੀ ਕੰਮ ਕਰਨਾ ਇੱਕ ਆਪਣੇ ਆਪ ਦੇ ਵਿੱਚ ਬੜਾ ਡਿਫੀਕਲਟ ਟਾਸਕ ਹੁੰਦਾ, ਤਾਂ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੈਨੇਜ ਕੀਤਾ? ਨਹੀਂ ਇੱਦਾਂ ਨਹੀਂ ਹੈਗਾ, ਐਕਚੁਅਲੀ ਮੈਡਮ ਬਹੁਤ ਕੂਲ ਨੇ, ਅਗਰ ਜਿੱਥੇ ਡਾਂਟਣਾ ਉੱਥੇ ਡਾਂਟਦੇ ਵੀ, ਜਿੱਥੇ ਪਿਆਰ ਕਰਨਾ ਬਟ ਪਿਆਰ ਵੀ ਬਹੁਤ ਕਰਦੇ, ਬਟ ਥੋੜ੍ਹੇ ਜਿਹੇ ਮੈਡਮ ਦਾ ਨੇਚਰ ਲੱਗਦਾ ਸਭ ਨੂੰ, ਬਟ ਬਹੁਤ ਜ਼ਿਆਦਾ ਕੂਲ ਹੈ। ਕੀ ਬਾਤ ਹੈ, ਹੁਣ ਫਿਲਮ ਦਾ ਕੋਈ ਵੀ ਇੱਕ ਡਾਇਲੋਗ ਬੋਲ ਕੇ ਤੁਸੀਂ ਇਸ ਇੰਟਰਵਿਊ ਨੂੰ ਕੰਕਲੂਡ ਕਰ ਸਕਦੇ ਹੋ? ਜੇ ਤੇਰਾ ਇਹੀ ਹਾਲ ਰਿਹਾ ਨਾ, ਮੈਂ ਤੈਨੂੰ ਦੱਸਦਾ ਆਪਣੇ ਦੋਨਾਂ ਘਰੋਂ ਵਿਆਹ ਦੇ ਨੋਟਿਸ ਨਿਕਲ ਜਾਣੇ ਆ। ਕਿਆ ਬਾਤ ਹੈ ਜੀ, ਵਿਆਹ ਦੇ ਨੋਟਿਸ ਹੁਣ ਬਾਅਦ 'ਚ ਕੱਢਾਂਗੇ, ਫਿਲਮ ਦਾ ਨੋਟਿਸ ਆ ਗਿਆ, 1 ਫਰਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਤੁਸੀਂ ਇੱਕ ਵਾਰੀ ਆਡੀਅੰਸ ਨੂੰ ਜ਼ਰੂਰ ਅਪੀਲ ਕਰ। ਹਾਂਜੀ, ਮੇਰੇ ਇੱਕ ਫਰਵਰੀ ਨੂੰ ਮੂਵੀ ਆ ਰਹੀ ਹੈ ਕਾਕੇ ਦਾ ਵਿਆਹ, ਅਤੇ ਤੁਸੀਂ ਜ਼ਰੂਰ ਦੇਖ ਕੇ ਆਇਓ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ, ਹੋਪਸ ਤੁਹਾਨੂੰ ਬਹੁਤ ਵਧੀਆ ਲੱਗੇਗੀ, ਸਾਰੀ ਫੈਮਿਲੀ ਨਾਲ ਦੇਖਣ ਜਾਇਓ, ਥੈਂਕ ਯੂ ਸੋ ਮਚ। ਤਾਂ ਜੀ ਇਸ ਫਿਲਮ ਦੀ ਅਪਡੇਟਸ ਅਤੇ ਬਾਕੀ ਫਿਲਮਾਂ ਦੀ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਪੰਜਾਬੀ ਗਰੁੱਪਸ, ਤੁਸੀਂ ਵੀ ਕਹਿ ਦਿਓ। ਹਾਂਜੀ, ਮੋਰ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਰਮ ਪੰਜਾਬੀ ਗਰੁੱਪਸ। ਓਕੇ, ਸੋਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭ ਗਰੇਵਾਲ, ਅਤੇ ਜ਼ਿਆਦਾ ਮੋਰ ਅਪਡੇਟਸ ਲਈ ਸਬਸਕ੍ਰਾਈਬ ਕਰੋ ਪੰਜਾਬੀ ਗਰੁੱਪਸ ਚੈਨਲ, ਥੈਂਕ ਯੂ।